ਹਲੇ ਗੱਡੀ ਦਾ ਨੰਬਰ ਵੀ ਨਹੀਂ ਆਇਆ ਸੀ ਕਿ ਆ ਕੰਮ ਹੋ ਗਿਆ, ਇੱਟਾਂ ਤੇ ਗੱਡੀ ਖੜਾ ਕੇ ਚਲੇ ਗਏ ਚੋਰ। ਤਾਂ ਦੱਸ ਦਈਏ ਕਿ ਮੋਹਾਲੀ ਇਲਾਕੇ ਦੇ ਵਿੱਚ ਲਗਾਤਾਰ ਚੋਰੀਆਂ ਵੱਧਦੀਆਂ ਜਾ ਰਹੀਆਂ ਨੇ। ਇੱਕ ਸ਼ਖਸ ਜਿਸਨੇ ਪੈਸੇ ਇਕੱਠੇ ਕਰਕੇ ਕਿਸ਼ਤਾਂ ਤੇ ਕਾਰ ਖਰੀਦੀ ਸੀ, ਹਾਲੇ 10 ਦਿਨ ਪਹਿਲਾਂ ਹੀ ਨਵੀਂ ਕਾਰ ਕਢਾਈ ਸੀ, ਨੰਬਰ ਵੀ ਨਹੀਂ ਆਇਆ ਸੀ, ਟੈਂਪਰੇਰੀ ਨੰਬਰ ਲੱਗਾ ਏ, ਤੇ ਉਸਦੀ ਗੱਡੀ ਦੇ ਚਾਰੋਂ ਟਾਇਰ ਚੁਰਾ ਕੇ ਲੈ ਗਿਆ ਕੋਈ। ਤਾਂ ਦੱਸ ਦਈਏ ਕਿ ਇਸ ਸ਼ਖਸ ਦੀ ਪਿਛੋਕੜ ਹੈ ਜਿਹੜੀ ਉਹ ਗੁਰਦਾਸਪੁਰ ਦੀ ਹੈ। ਓਲਾ ਉਬਰ ਦਾ ਚਲਾਉਣ ਦਾ ਕੰਮ ਕਰਦਾ ਸੀ, ਪਹਿਲਾਂ ਕਿਰਾਏ 'ਤੇ ਗੱਡੀ ਚਲਾਉਂਦਾ ਸੀ, ਹੌਲੀ ਹੌਲੀ ਪੈਸੇ ਜੋੜ ਕੇ ਪੈਸੇ ਇਕੱਠੇ ਕਰਕੇ ਨਵੀਂ ਗੱਡੀ ਕਢਾਈ ਅਤੇ ਖੜੀ ਕੀਤੀ ਸੀ ਇਸਨੇ ਮੁਹੱਲੇ ਦੇ ਵਿੱਚ, ਮਾਰਕੀਟ ਦੇ ਵਿੱਚ। ਜਦ ਸਵੇਰੇ ਆ ਕੇ ਦੇਖਿਆ ਤਾਂ ਗੱਡੀ ਟਾਇਰਾਂ 'ਤੇ ਨਹੀਂ, ਇੱਟਾਂ 'ਤੇ ਖੜੀ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਕਈ ਵਾਰ ਪੁਲਿਸ ਨੂੰ ਕਾਲ ਕੀਤਾ ਗਿਆ, ਫਿਰ ਵੀ ਮੌਕੇ 'ਤੇ ਪੁਲਿਸ ਨਹੀਂ ਆਈ। ਤਾਂ ਹੁਣ ਵੱਧ ਤੋਂ ਵੱਧ ਇਸ ਖਬਰ ਨੂੰ ਸ਼ੇਅਰ ਕਰੋ ਤਾਂ ਕਿ ਇਸ ਗਰੀਬ ਓਲਾ ਉਬਰ ਕੈਬ ਚਲਾਉਣ ਵਾਲੇ ਸ਼ਖਸ ਦੀ ਮਦਦ ਹੋ ਜਾਏ, ਇਸਦੇ ਜਿਹੜੇ ਚਾਰੋਂ ਟਾਇਰ ਚੋਰੀ ਹੋਏ ਨੇ ਉਹ ਲੱਭ ਜਾਣ ਅਤੇ ਇਸ ਸ਼ਖਸ ਦੀ ਵੱਧ ਤੋਂ ਵੱਧ ਮਦਦ ਹੋ ਜਾਵੇ। ਜੇ ਕੋਈ ਸਮਾਜ ਸੇਵੀ ਸੰਸਥਾ ਹੈ ਉਹ ਵੀ ਮਦਦ ਕਰ ਸਕਦੀ ਹੈ ਇਸਦੀ। ਤਾਂ ਮੋਹਾਲੀ ਤੋਂ ਇਹ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਗੁਰਦਾਸਪੁਰ ਦਾ ਰਹਿਣ ਵਾਲਾ ਸ਼ਖਸ ਆਪਣਾ ਘਰ ਬਾਰ ਛੱਡ ਕੇ, ਸ਼ਹਿਰ ਛੱਡ ਕੇ ਮੋਹਾਲੀ ਆਇਆ ਸੀ ਕੈਬ ਚਲਾਉਣ ਲਈ। ਨਵੀਂ ਗੱਡੀ ਕਢਾਈ ਹਾਲੇ 10 ਦਿਨ ਹੀ ਹੋਏ ਸੀ ਕਿ ਗੱਡੀ ਦੇ ਟਾਇਰ ਚੁਰਾ ਕੇ ਲੈ ਗਏ ਚੋਰ। ਅਸੀਂ ਸੁਬਹਾ 6:30 ਵਜੇ ਫੋਨ ਕੀਤਾ ਸੀਗਾ PCR ਨੂੰ, ਮਗਰ PCR ਵਾਲਾ ਕੋਈ ਵੀ ਇਧਰ ਆ ਕੇ ਕਿਸੇ ਨੇ ਵੀ ਦੇਖਾ ਨਹੀਂ ਗਿਆ, ਵਰਨਾ ਕੋਈ ਦਿਲਾਸਾ ਦਿਆ ਸਾਨੂੰ। ਕਿਆ ਕਿਆ ਕਹਿੰਦੇ ਬੋਲੇ? ਬੋਲਤੇ ਜੀ ਆ ਕੇ ਕੰਪਲੇਂਟ ਲਿਖਾ ਦੋ, ਬਾਕੀ ਇਧਰ ਕੋਈ ਵੀ ਨਹੀਂ ਆਇਆ। ਮਤਲਬ ਆਪ ਨਹੀਂ ਆਇਆ? ਨਹੀਂ, ਆਪ ਕੋਈ ਨਹੀਂ ਆਇਆ। ਆਪ ਲੇਡੀ ਬੜੀ ਛੋਟੀ ਚਲਾਈ ਨਾ ਚੋਰੀ ਹੋ ਗਈ। ਹਾਂਜੀ, ਹੋਰ ਵਾਰਦਾਤ ਵੀ ਹੋ ਜੇ, ਮਤਲਬ ਪੁਲਿਸ ਵਾਲੇ ਨਾ? ਵਾਰਦਾਤ ਤੋਂ ਸਰ ਯਹਾਂ ਪਰ ਹੋਤੇ ਹੀ ਰਹਤੇ ਹੈਂ, ਆਏ ਦਿਨ ਚਲਤੇ ਹੀ ਰਹਤੇ ਹੈਂ ਵਾਰਦਾਤ। ਅਭੀ ਯਹਾਂ ਸੇ ਕੁਛ ਦਿਨ ਪਹਿਲੇ ਯਹਾਂ ਸੇ ਇੱਕ ਬਾਈਕ ਚੋਰੀ ਹੋ ਗਈ ਥੀ, ਥੋੜੀ ਸੀ ਔਰ ਆਗੇ ਜਾ ਕੇ ਕਾਰ ਚੋਰੀ ਹੋ ਗਈ ਥੀ, ਬਹੁਤ ਦੂਰ ਮਿਲੀ ਥੀ, ਬਾਕੀ ਯਹਾਂ ਪਰ ਵਾਰਦਾਤ ਹੋ ਰਹੀ ਹੈ। ਸਰ ਬਾਕੀ ਹੋਰ ਕਿਸੇ ਕੰਮ? ਪੁਲਿਸ ਦੀ ਕੋਈ ਗਸ਼ਤ ਵਗੈਰਾ ਨਹੀਂ ਹੁੰਦੀ ਰਾਤ ਨੂੰ? ਪੁਲਿਸ ਕੀ ਸਰ ਕੋਈ ਗਸ਼ਤ ਨਹੀਂ ਹੁੰਦੀ, ਪੁਲਿਸ ਤੋਂ ਵੈਸੇ ਹਫਤਾ 10 ਦਿਨ ਮੇ ਇੱਕ ਵਾਰ ਗੇੜਾ ਗੂੜਾ ਮਾਰ ਕੇ ਚਲੀ ਜਾਂਦੀ ਹੈ, ਬਾਕੀ ਰੋਜ਼ ਕੋਈ ਗਸ਼ਤ ਵਾਲੇ ਇਧਰ ਆਉਂਦੇ ਨਹੀਂ। ਪਿੱਛੇ ਜੇ ਦੇਖਿਆ ਸੀ ਤੁਹਾਡੇ ਅਮਰੀਕਾ ਦੀਆਂ ਟ੍ਰੇਨਾਂ ਵੀ ਬਾਹਰੋਂ ਚੋਰੀ ਹੋ ਗਈਆਂ ਸੀ। ਹਾਂ, ਯਹਾਂ ਪੇ ਹਮਾਰੇ ਯਹਾਂ ਪੇ ਕਰਿਆਨੇ ਕੀ ਦੁਕਾਨੇ ਲਗੀ ਹੋਈ ਥੀ, ਇਨਕੀ ਕਈ ਵਾਰ ਜੋ ਅਮਰੀਕਾ ਕੀ ਟ੍ਰੇ ਚੋਰੀ ਹੋ ਚੁੱਕੀ ਹੈ, ਕਈ ਵਾਰ ਹੋ ਚੁੱਕੀ ਹੈ, ਵਾਰਦਾਤ ਚਲਦੀ ਰਹਿੰਦੀ ਹੈ ਜੀ ਇੱਥੇ, ਆਏ ਦਿਨ ਚਲਦੀ ਰਹੀ। ਮੇਰਾ ਨਾਮ ਜੌਨਪਾਲ ਮੱਟੂ ਹੈ, ਮੈਂ ਗੁਰਦਾਸਪੁਰ ਦਾ ਰਹਿਣ ਵਾਲਾ ਹੈ। ਇੱਥੇ ਮੈਂ 4 ਸਾਲ ਤੋਂ ਕੰਮ ਕਰਦਾ, ਓਲਾ ਉਬਰ ਬਾਈਕ ਚਲਾਉਂਦਾ, ਅਤੇ ਮੈਂ 15 ਦਿਨ ਪਹਿਲੇ ਗੱਡੀ ਲਈ ਹੈ, ਨਵੀਂ ਗੱਡੀ ਲਈ, ਲੋਨ ਕਰਾਇਆ ਹੈ। ਅਤੇ ਕੱਲ੍ਹ ਰਾਤ ਮੈਂ ਕੋਈ 11 ਵਜੇ ਗੱਡੀ ਲਾ ਕੇ ਅਤੇ ਆਪਣੇ ਕਮਰੇ 'ਚ ਗਿਆ, ਅਤੇ ਸਵੇਰੇ 6:30 ਵਜੇ ਆ ਕੇ ਦੇਖਿਆ ਵੀ ਚਾਰੋਂ ਟਾਇਰ ਇਹਦੇ ਚੋਰੀ ਹੋ ਚੁੱਕੇ ਨੇ। ਪੁਲਿਸ ਨੂੰ ਕੰਪਲੇਂਟ ਕੀਤੀ ਹੈ ਜੀ। PCR ਨੂੰ ਕਰਿਆ ਸੀ ਪਹਿਲਾਂ? ਹਾਂਜੀ ਹਾਂਜੀ, 112 'ਤੇ ਕੀਤਾ ਸੀ। ਉਹ ਉਹਨਾਂ ਰਿਪੋਰਟ ਕਰਨ ਲਈ ਕਹਿ ਦਿੱਤਾ ਸੀ ਤੇ ਆਪਾਂ ਰਿਪੋਰਟ ਕਰ ਆਏ। ਕਿੰਨੇ ਕੁ ਦਾ ਨੁਕਸਾਨ ਹੈਗਾ? ਇਹ ਤਕਰੀਬਨ 20-25 ਹਜ਼ਾਰ ਦਾ ਨੁਕਸਾਨ ਹੈ। ਇਸ ਲਈ ਗੱਡੀ ਲਈ ਸੀ? ਇਹ ਗੱਡੀ ਓਲਾ ਉਬਰ 'ਚ ਲਗਾਉਣ ਲਈ ਲਈ ਸੀ ਤੇ ਹਜੇ ਤੱਕ ਲਗਾਈ ਨਹੀਂ ਸੀ ਤੇ ਪਹਿਲਾਂ ਹੀ ਇਹ ਕੰਮ ਹੋ ਗਿਆ। ਗੱਡੀ ਅੰਦਰ ਗਲੀਆਂ ਦੇ ਵਿੱਚ ਨਾ, ਅੰਦਰ ਸਾਡਾ ਕਮਰਾ ਹੈ ਜਿੱਥੇ, ਉੱਥੇ ਗਲੀਆਂ ਛੋਟੀਆਂ ਨੇ ਤੇ ਉੱਥੇ ਲਗਾਉਣ ਦੀ ਜਗ੍ਹਾ ਨਹੀਂ ਹੈ, ਇਸ ਕਰਕੇ ਆਪਾਂ ਗੱਡੀ ਬਾਹਰ ਲਗਾਉਣਾ। ਇੱਥੇ ਤਕਰੀਬਨ ਜਦੋਂ 15 ਦਿਨ ਹੋਏ ਉਦੋਂ ਤੋਂ ਗੱਡੀ ਆਪਾਂ ਲਗਾ ਰਹੇ ਹਾਂ ਤੇ ਅੱਜ ਕੰਮ ਹੋ ਗਿਆ। PCR 112 ਤੇ ਫੋਨ ਕੀਤਾ ਸੀ ਤੇ ਉਹਨਾਂ ਨੇ ਸਾਨੂੰ ਕਿਹਾ ਵੀ ਰਿਪੋਰਟ ਕਰਾਓ ਜਾ ਕੇ, ਤੇ ਆਪਾਂ ਰਿਪੋਰਟ ਕਰਾਏ ਥਾਣਾ ਮਟੋਰ। ਨਹੀਂ, ਇੱਥੇ ਕੋਈ CCTV ਵੀ ਲੱਗਿਆ? ਇੱਥੇ CCTV ਪਰੇ ਲੱਗੇ ਹੋਏ ਨੇ, ਦੁਕਾਨਾਂ ਦੁਕਾਨਾਂ, ਸਕੂਲ 'ਚ ਆ ਉੱਧਰ।